ਸਾਡੇ ਐਮਐਲਏ ਸਾਹਿਬ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਹਾਂ, ਕਿਉਂਕਿ ਅੱਜ ਪੂਰੇ ਪੰਜਾਬ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜੀ ਦਾ, ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਗਾਰ ਤੋੜ ਕੰਮ ਕੀਤੇ ਨੇ। ਚਾਹੇ ਗੱਲ ਕਰੀਏ ਐਜੂਕੇਸ਼ਨ ਦੀ, ਚਾਹੇ ਗੱਲ ਕਰੀਏ ਹੈਲਥ ਦੀ, ਚਾਹੇ ਜ਼ਿਮੀਂਦਾਰ ਜਿਹੜੇ ਸਾਡੇ ਭਰਾ ਸੀ ਜਿਹਨੂੰ ਪਾਣੀ ਨਹੀਂ ਪਹੁੰਚਦਾ ਉਹਨੂੰ ਨਹਿਰਾਂ ਚੱਕ ਕੇ ਪਾਣੀ ਦੇ ਰਹੇ, ਚਾਹੇ ਗੱਲ ਕਰੀਏ ਜੋਬ ਦੀ, ਘੱਟੋ ਘੱਟ 43,000 ਦੇ ਕਰੀਬ ਜਿਹੜੀ ਜੋਬ ਦਿੱਤੀਆਂ ਨੇ ਪੰਜਾਬ, ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ, ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਸ਼ਹਿਰਾਂ ਦੀ ਗੱਲ ਕਰ ਲਓ, 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਿਡੋਕਰ ਸੀਗੇ ਉਹਨਾਂ ਦਾ ਬਿੱਲ 0 ਆ ਰਿਹਾ, ਅਤੇ ਉਹ 0 ਬਿੱਲ ਕਰਕੇ ਲੋਕ ਜਿਹੜੇ ਹੈ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ। ਸਾਨੂੰ ਪੂਰੀ ਉਮੀਦ ਹੈ, ਜਿਵੇਂ ਅੱਜ ਅਸੀਂ 9 ਦੇ 9 ਇੱਥੇ ਐਮਐਲਏ ਸਾਹਿਬਾਂ ਨੇ ਇੱਥੇ ਪਹੁੰਚਿਆ, ਚਾਹੇ ਖੰਨੇ ਤੋਂ, ਚਾਹੇ ਅੰਮ੍ਰਿਤਗੜ੍ਹ ਸਾਹਿਬ ਤੋਂ, ਚਾਹੇ ਵਜ਼ੀਫਾਣਾ ਤੋਂ, ਚਾਹੇ ਸਾਡੇ ਬਰਿੰਗ ਸਾਹਿਬ ਆਏ ਨੇ ਆਪਣਾ ਅਮਲੋਹ ਤੋਂ, ਸਾਡੇ ਰਾਏਕੋਟ ਸਾਹਿਬ ਤੋਂ ਆਏ ਹੈ, ਮੁੰਡੀਆਂ ਸਾਹਿਬ ਆਏ ਸਾਹਨੇਵਾਲ ਸਾਹਿਬ ਤੋਂ, ਸਾਡੇ ਫਤਿਹਗੜ੍ਹ ਸਾਹਿਬ ਤੋਂ ਆਏ ਹੈ, ਸੌਂ ਸਾਹਿਬ ਸਾਡੇ ਖੰਨੇ ਤੋਂ। ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਇੱਥੇ ਦੇ 9 ਹਲਕੇ ਪੈਂਦੇ ਉਹ ਤੋਂ ਵੱਧ ਵੱਧ ਜਿੱਤਾਂਗੇ, ਸਾਨੂੰ ਪੂਰੀ ਹੈ, ਕਿਉਂਕਿ ਭਗਵੰਤ ਮਾਨ ਜੀ, ਭਗਵੰਤ ਮਾਨ ਜੀ ਲੋਕ ਜਿਹੜੇ ਪੰਜਾਬ ਦੇ ਲੋਕ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ। ਜੋ ਅੱਜ ਕੇਜਰੀਵਾਲ ਸਾਹਿਬ ਨਾਲ ਧੱਕਾ ਕੀਤਾ, ਮੋਦੀ ਨਾਲ ਧੱਕਾ ਕੀਤਾ, ਅਤੇ ਕੱਲ੍ਹ ਸੰਜੇ ਸਾਡੇ ਜਿਹੜੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜ਼ਮਾਨਤ ਹੋਈ ਆ, ਜਿਹੜਾ ਕੇਜਰੀਵਾਲ ਸਾਹਿਬ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੱਖਾਂ ਦੀ ਤਾਦਾਦ 'ਚ ਜੇ ਲੋਕ ਦਿੱਲੀ ਗਏ, ਪਹਿਲਾਂ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਬੀਜੇਪੀ ਨੂੰ, ਇੰਨੀਆਂ ਆਉਣਗੀਆਂ ਜਾਂ ਕਾਂਗਰਸ ਨੂੰ ਇੰਨੀਆਂ ਆਉਣਗੀਆਂ ਦੂਜਾ, ਅੱਜ ਜਿਹੜਾ ਸਰਵੇ ਦਿੱਲੀ ਦਾ ਵੀ ਹੈ ਉਹ ਵੀ ਅੱਜ ਉਹ ਧੱਕੇ ਕਰਕੇ 7-0 ਅਸੀਂ 7 ਜਿੱਤ ਰਹੇ ਹਾਂ, ਉੱਥੇ ਪੰਜਾਬ ਅਸੀਂ 13 ਸੀਟਾਂ ਜਿੱਤਾਂਗੇ, ਉਹ ਸਾਨੂੰ ਬੜਾ ਵੱਡਾ ਇਸ ਚੀਜ਼ ਦਾ ਹੰਗਾਰਾ ਹੈ। ਜਦ ਤੱਕ ਇਹ ਧੱਕੇ ਕਰਦੇ ਰਹਿਣਗੇ, ਜਾਂ ਮੋਦੀ ਧੱਕੇ ਕਰੂਗਾ ਜਾਂ ਬੀਜੇਪੀ ਗੌਰਮੈਂਟ ਕਰੂਗਾ, ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਸਾਰੇ ਇਕੱਠੇ। ਕਿਉਂਕਿ ਕਾਂਗਰਸ ਪਾਰਟੀ ਪੰਜਾਬ 'ਚ ਮੁਕਾਬਲੇ 'ਚ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਜੋ ਭਗਵੰਤ ਮਾਨ ਜੀ ਨੇ ਕੰਮ ਕੀਤੇ ਆ, ਲੋਕ ਸਾਰੇ ਜਿਵੇਂ 92 ਸਾਡੇ ਐਮਐਲਏ ਜਿੱਤੇ ਸੀਗੇ, ਅਤੇ ਸਾਨੂੰ ਇਹ ਜਿਵੇਂ ਲੋਕ ਵੱਖਰੀਆਂ ਵੱਖਰੀਆਂ ਗੱਲਾਂ ਕਰੀ ਜਾਣ, ਪਰ ਅਸੀਂ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਜੀ ਝੋਲੀ 'ਚ ਪਾਵਾਂਗੇ। ਕੇਜਰੀਵਾਲ ਸਾਹਿਬ ਝੋਲੀ ਪ੍ਰਚਾਰ ਕਰਨ ਲਈ ਕਦੋਂ ਆ ਰਹੇ, ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ? ਸੀਐਮ ਸਾਹਿਬ ਨਾਲ ਜਿਹੜੀ ਗੱਲ ਹੋਈ ਆ ਉਹ ਸਾਨੂੰ ਹਰ ਹਲਕੇ ਨੂੰ 3-4 ਦਿਨ ਟਾਈਮ ਦੇਣਗੇ, ਅਤੇ ਰੋਡ ਸ਼ੋਅ ਵੀ ਕਰਾਂਗੇ, ਜਿਹੜੀ ਭਰਮੀਆਂ ਰੈਲੀਆਂ ਵੀ ਕਰਾਂਗੇ, ਉਹਦੇ ਨਾਲ ਲੋਕ ਮਾਹੌਲ ਬਣਦਾ, ਸਾਨੂੰ ਪੂਰੀ ਆਸ ਹੈ। ਸਾਨੂੰ ਅਸੀਂ ਜਿਹੜਾ ਫਤਿਹਗੜ੍ਹ ਸਾਹਿਬ ਆਪਣਾ ਹਲਕਾ ਜਿੱਤਿਆ, ਮੁਕਾਬਲੇ ਤੋਂ ਬਾਹਰ ਹੋਣ ਦੇ ਕਾਰਨ ਕੀ ਹੈ? ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਗੱਲ ਹੈ, ਜਿਹਨੂੰ ਉਹ ਟਿਕਟ ਦਿੰਦੇ ਆ ਅਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ, ਐਵੇਂ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ 'ਚ ਇਹ ਚੀਜ਼ ਹੋਣੀ ਹੈ, ਪਰ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਸਾਡੇ ਪੰਜਾਬ 'ਚ ਉਹ ਪੂਰੀ ਇਕੱਠੀ ਹੈ। ਚੰਨੀ ਪੁਰਾਣੇ ਮਿੱਤਰ ਨੇ, ਚੰਨੀ ਉਹ ਉਹਨਾਂ ਨੇ ਕੇਕ ਕੱਟਿਆ ਉੱਤੇ ਲਿਖਿਆ ਸੀ ਚੰਨੀ ਜਲੰਧਰੀ, ਕਹਿੰਦੇ ਜਲੰਧਰ ਸ਼ਾਇਦ ਕੇਕ ਜਿਹੜਾ ਜਾ ਰਿਹਾ। ਚੰਨੀ ਤਾਂ ਮੇਰਾ ਮਿੱਤਰ ਮੁੱਤਰ ਕਦੇ ਵੀ ਨਹੀਂ ਰਿਹਾ, ਕਦੇ ਵੀ ਨਹੀਂ, ਠੀਕ ਹੈ ਜੀ। ਅਤੇ ਅਸੀਂ ਤਾਂ ਹੁਣ ਜਿਹੜੇ ਸਾਡੇ ਤਾਂ ਹੁਣ ਮਿੱਤਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ, ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਅੱਜ ਜਿਹੜੇ ਗਰੀਬ ਲੋਕ ਨੇ, ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਸਾਡੇ ਵਪਾਰੀ ਨੇ, ਅੱਜ ਪੂਰੇ ਇਹ ਤੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੈ, ਸਾਨੂੰ ਪੂਰੀ ਆਸ ਹੈ। ਇਹ ਅਸੀਂ ਜੇ ਅਮਰ ਸਿੰਘ ਹੁੰਦੇ ਆ ਤਾਂ ਤੁਸੀਂ ਕੰਪੀਟੀਸ਼ਨ ਕਿਵੇਂ ਦੇ? ਐਕਚੁਅਲੀ ਕੀ ਹੈ ਜੀ, ਕੋਈ ਵੀ ਆ ਜੇ
ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਨੀ ਹੈ, ਆਪਣੀ ਪਾਰਟੀ ਦੇ ਜਿਹੜੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਹਿਸਾਬ ਦੇ ਵਿੱਚ।